ਅੱਜ ਵਿਸਾਖੀ ਦਾ ਵੀ ਪਵਿੱਤਰ ਦਿਹਾੜਾ ਬਾਰਾਂ ਮਾਹ ਦੀ ਕਥਾ ਭਾਵੇਂ ਹੋਣੀ ਹੈ। ਸੋ ਖਾਲਸਾ ਜੀ, ਜੋ ਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਅੱਜ ਦੇ ਦਿਨ 1756 ਬਿਕਰਮੀ ਵਾਲੇ ਦਿਨ ਜੋ ਜੀ ਪ੍ਰੀਤਮ ਜੀ ਨੇ ਪੰਜਾਂ ਸਿੱਖਾਂ ਦਾ ਸਿਰ ਇਕੱਠ ਵਿੱਚੋਂ ਲੈ ਕੇ ਇਹ ਨਾਂ ਨਹੀਂ ਸੀ ਕਿਸੇ ਦਾ ਲਿਆ, ਜਾਂ ਇਹ ਨਹੀਂ ਸੀ ਕਿਹਾ ਸਾਨੂੰ ਮਰਦ ਦਾ ਜਾਂ ਜਨਾਨੀ ਦਾ ਸਿਰ ਚਾਹੀਦਾ, ਇਹ ਕਿਹਾ ਸੀ ਖਾਲਸਾ ਜੀ ਸਾਨੂੰ ਇੱਕ ਸੀਸ ਦੀ ਲੋੜ ਹੈ। ਉਸ ਵੇਲੇ ਭਾਈ ਦਇਆ ਸਿੰਘ ਜੀ ਜੋ ਛੱਤਰੀ ਵੰਸ਼ ਵਿੱਚੋਂ ਸਨ, ਲਾਹੌਰ ਦੇ ਵਿੱਚ ਰਹਿਣ ਵਾਲੇ, ਜਿਨ੍ਹਾਂ ਦੇ ਪਿਤਾ ਦਾ ਨਾਂ ਮਈਆ ਰਾਮ ਜੀ ਸੀ, ਮਾਤਾ ਦਾ ਨਾਮ ਸੋਭੀ ਜੀ ਸੀ, 1725 ਵਿੱਚ ਜਿਨ੍ਹਾਂ ਸਿੱਖਾਂ ਦਾ ਜਨਮ ਹੋਇਆ ਹੈ। ਸੋ ਫੱਗਣ ਦੀ ਸੰਗਰਾਂਦ ਵਾਲੇ ਦਿਨ ਐਤਵਾਰ ਅੰਮ੍ਰਿਤ ਵੇਲੇ 13 ਸਾਲ ਦੀ ਉਮਰ ਵਿੱਚ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਪਾਸ ਭਾਈ ਦਇਆ ਸਿੰਘ ਜੀ ਦਇਆ ਰਾਮ ਦੇ ਰੂਪ ਵਿੱਚ ਪਹੁੰਚੇ ਹਨ। ਉੱਥੇ ਰਹਿ ਕੇ 1756 ਬਿਕਰਮੀ ਨੂੰ ਜੋਜੀ ਪ੍ਰੀਤਮ ਦੇ ਹੱਥੋਂ ਅੰਮ੍ਰਿਤ ਛਕ ਕੇ ਸੀਸ ਭੇਟਾ ਕਰਕੇ ਸਿੰਘ ਬਣ ਕੇ, ਗੁਰੂ ਵਾਲੇ ਬਣ ਕੇ, ਸੋ ਰਹਿਤ ਮਰਜਾਦਿਤ ਪਰਪੱਕ ਰਹਿ ਕੇ ਮਹਾਨ ਕੁਰਬਾਨੀ ਕੀਤੀ ਅਤੇ 1765 ਬਿਕਰਮੀ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਸੱਚਖੰਡ ਗਮਨ ਕੀਤਾ ਬਾਬਾ ਦਇਆ ਸਿੰਘ ਜੀ ਨੇ। ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ, ਜਿਨ੍ਹਾਂ ਦਾ ਨਾਂ ਪਹਿਲਾਂ ਧਰਮਚੰਦ ਜੀ ਸੀ, ਦਿੱਲੀ ਨਿਵਾਸੀ, ਸੋ ਭਾਈ ਦਇਆ ਸਿੰਘ ਜੀ ਲਹੂ ਦੇ ਅਵਤਾਰ ਮੰਨੇ ਹਨ। ਭਾਈ ਧਰਮ ਸਿੰਘ ਜੀ ਜੋ ਸਨ, ਇਹ ਧਨੇ ਜੱਟ ਦੇ ਅਵਤਾਰ ਮੰਨੇ ਹਨ। 1727 ਵਿੱਚ ਭਾਈ ਦਇਆ ਸਿੰਘ ਜੀ ਦਾ, ਭਾਈ ਧਰਮ ਸਿੰਘ ਜੀ ਦਾ ਜਨਮ ਹੋਇਆ ਹੈ ਅਤੇ 1768 ਬਿਕਰਮੀ ਨੂੰ ਸੱਚਖੰਡ ਗਮਨ ਕੀਤਾ ਹੈ। 25 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਅਨੰਦਪੁਰ ਸਾਹਿਬ ਭਾਈ ਧਰਮ ਸਿੰਘ ਜੀ ਪਹੁੰਚੇ ਸਨ। ਇਸੇ ਤਰ੍ਹਾਂ ਹੀ ਭਾਈ ਹਿੰਮਤ ਸਿੰਘ ਜੀ ਚਤਰਭੂਜੀ ਦੇ ਅਵਤਾਰ ਸਨ। ਸੋ ਇਹਨਾਂ ਗੁਰਮੁਖਾਂ ਦਾ ਜਨਮ 1721 ਬਿਕਰਮੀ ਨੂੰ ਹੋਇਆ ਹੈ। 15 ਜੇਠ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇਹਨਾਂ ਦੇ ਮਾਤਾ ਪਿਤਾ ਜੀ ਰਹਿੰਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਹਿੰਮਤ ਸਿੰਘ ਜੀ ਦਾ ਜਨਮ ਹੋਇਆ ਹੈ ਅਤੇ 1761 ਬਿਕਰਮੀ ਨੂੰ ਚਮਕੌਰ ਸਾਹਿਬ ਦੇ ਵਿੱਚ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਇਹਨਾਂ ਨੇ ਪੋਹ ਦੇ 8 ਪੋਹ ਵਾਲੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਸੀ ਚਮਕੌਰ ਦੇ ਸਾਕੇ ਦੇ ਟਾਈਮ ਵਿੱਚ, ਜਿਸ ਵੇਲੇ ਅਨੰਦਪੁਰ ਸਾਹਿਬ ਛੱਡਿਆ ਹੈ। ਇਸੇ ਤਰ੍ਹਾਂ ਹੀ ਭਾਈ ਮੋਹਕਮ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਹਨ, ਭਾਈ ਧਰਮ ਸਿੰਘ ਜੀ ਦੇ ਮਾਤਾ ਦਾ ਨਾਮ ਸੀ, ਪਿਤਾ ਦਾ ਨਾਮ ਸੀ ਮਾਲਦੇਵ ਜੀ ਅਤੇ ਮਾਤਾ ਦਾ ਨਾਮ ਸੀ ਲਾਲ ਦੇਵੀ ਜੀ। ਭਾਈ ਮੋਹਕਮ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚ ਹੋਏ ਹਨ, ਇਹਨਾਂ ਗੁਰਮੁਖਾਂ ਦਾ ਮਾਤਾ ਦਾ ਨਾਮ, ਪਿਤਾ ਦਾ ਨਾਮ ਜੋ ਹੈ ਉਹ ਜਗਜੀਵਨ ਰਾਏ ਜੀ ਹੈ ਅਤੇ ਮਾਤਾ ਦਾ ਨਾਮ ਸੰਭਲੀ ਜੀ ਹੈ। ਸੋ ਖਾਲਸਾ ਜੀ 1736 ਬਿਕਰਮੀ ਵਿੱਚ ਇਹਨਾਂ ਦਾ ਜਨਮ ਹੋਇਆ ਹੈ। 1761 ਬਿਕਰਮੀ ਨੂੰ ਚਮਕੌਰ ਸਾਹਿਬ ਦੀ ਗੜੀ ਵਿੱਚ ਜੋਤੀ ਜੋਤ ਜੰਗ ਵਿੱਚ ਸਮਾਏ ਹਨ। ਬਾਬਾ ਸਾਹਿਬ ਸਿੰਘ ਜੀ ਜਿਹੜੇ ਹੋਏ ਹੈ, ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ, ਉਹਨਾਂ ਦਾ ਜਨਮ 1732 ਬਿਕਰਮੀ ਪੰਜ ਮੰਗਰ ਵਾਲੇ ਦਿਨ ਹੋਇਆ ਹੈ। 1761 ਬਿਕਰਮੀ ਨੂੰ ਸੱਚਖੰਡ ਗਮਨ ਚਮਕੌਰ ਸਾਹਿਬ ਦੀ ਗੜੀ ਵਿੱਚ ਉਹਨਾਂ ਗੁਰਮੁਖਾਂ ਨੇ ਕੀਤਾ। ਪਿਤਾ ਦਾ ਨਾਮ ਗੁਰਨਰਾਇਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਸੋ ਇਹ ਪੰਜਾਂ ਪਿਆਰਿਆਂ ਦਾ ਸੂਖਮ ਰੂਪ ਵਿੱਚ ਬੇਨਤੀ ਕੀਤੀ ਹੈ, ਪਰ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਸਤਿਗੁਰੂ ਜੀ ਨੇ ਸਿੱਖਾਂ ਦੇ ਵਿੱਚ ਗੁਣ ਭਰ ਦਿੱਤੇ। ਭਾਈ ਦਇਆ ਸਿੰਘ ਜੀ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਦਇਆ ਆਈ ਕਿ ਜਿਹਦੇ ਵਿੱਚ ਦਇਆ ਹੋਵੇ ਉਹ ਹੀ ਧਰਮ ਦੀ ਕਮਾਈ ਕਰ ਸਕਦਾ ਅਤੇ ਦਇਆ ਦੇ ਪਿੱਛੋਂ ਧਰਮ ਦਾ ਆਉਣਾ ਜ਼ਰੂਰੀ ਸੀ। ਭਾਈ ਧਰਮ ਸਿੰਘ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਧਰਮ ਗ੍ਰਹਿਣ ਕਰਨ ਦੀ ਸ਼ਕਤੀ ਪ੍ਰਾਪਤ ਹੋਈ। ਜਿੱਥੇ ਦਇਆ ਅਤੇ ਧਰਮ ਹੈ ਉੱਥੇ ਹੀ ਖਾਲਸਾ ਦੀ ਹਿੰਮਤ ਹੋਇਆ ਕਰਦੀ ਹੈ। ਸੋ ਦਇਆ ਅਤੇ ਧਰਮ ਦੇ ਪਿੱਛੋਂ ਭਾਈ ਹਿੰਮਤ ਸਿੰਘ ਜੀ ਦੇ ਸੀਸ ਦੇਣ ਤੋਂ ਸਿੰਘਾਂ ਨੂੰ ਹਿੰਮਤ ਪ੍ਰਾਪਤ ਹੋਈ। ਜਿੱਥੇ ਦਇਆ ਧਰਮ ਅਤੇ ਹਿੰਮਤ ਆ ਜਾਵੇ ਉੱਥੇ ਅਡੋਲਤਾ ਵੀ ਨਾਲ ਹੀ ਆਪਣੇ ਆਪ ਆ ਜਾਂਦੀ ਹੈ। ਭਾਈ ਮੋਹਕਮ ਸਿੰਘ ਨੇ ਸਰੀਰ ਸੀਸ ਦਿੱਤਾ ਮੋਹ ਕਾਮ, ਜਿੱਥੇ ਮੋਹ ਕਾਮ ਹੋ ਗਿਆ ਅਤੇ ਇਸਤਤੀ ਪ੍ਰਾਪਤ ਹੋਈ, ਅਡੋਲਤਾ ਪ੍ਰਾਪਤ ਹੋਈ। ਜਿੱਥੇ ਦਇਆ ਧਰਮ ਹਿੰਮਤ ਅਤੇ ਇਸਤਤ ਹੋ ਜਾਵੇ ਉੱਥੇ ਸਾਹਿਬ ਦੀ ਪ੍ਰਾਪਤੀ ਹੋਇਆ ਕਰਦੀ ਹੈ। ਭਾਈ ਸਾਹਿਬ ਸਿੰਘ ਦੇ ਸੀਸ ਦੇਣ ਤੋਂ ਖਾਲਸਾ ਜੀ ਸਾਹਿਬ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋਈ। ਇਹ ਪੰਜਾਂ ਪਿਆਰਿਆਂ ਦੁਆਰਾ ਗੁਰੂ ਸਾਹਿਬ ਨੇ ਕਿਰਪਾ ਕੀਤੀ। ਮ੍ਰਿਤਕ ਤੋਂ ਪਾਇਓ ਤਾਂ ਸਾਸਾ ਪੂਰੇ ਗੁਰ ਕੀ ਦੇਖ ਵਡਾਈ। ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਜੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ
ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸੁਰਜੀਤ ਕੀਤਾ ਅਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਆਪ ਛਕਿਆ। ਮੈਂ ਪ੍ਰਗਟ ਮਰਦ ਅਗਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ। ਆਪੇ ਗੁਰ ਚੇਲਾ ਦੀ ਬਖਸ਼ਿਸ਼ ਕੀਤੀ, ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਇਹ ਕਿਰਪਾਲਤਾ ਗੁਰੂ ਸਾਹਿਬ ਨੇ ਕੀਤੀ। ਸੋ ਹੋਰ ਕਿਸੇ ਵੀ ਰਹਿਬਰ ਨੇ ਅੱਜ ਤੱਕ ਆਪਣੇ ਪੈਰੋਕਾਰ ਨੂੰ ਇਹ ਬਚ ਨਹੀਂ ਕਹੇ ਕਿ ਰਹਿਣੀ ਰਹੇ ਕੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ ਪੂਰੇ ਗੁਰ ਕੀ ਦੇਖ ਵਡਾਈ, ਨਿਰਤਕ ਕਾ ਪਾਇਓ ਤਨ ਸਾਸਰ। ਇਹ ਪੂਰਨ ਗੁਰੂ ਦੇ ਲੱਖਣ ਹੈ। ਭਾਵੇਂ ਕਈ ਕਵੀ ਭਰਾ ਜਾਂ ਢਾਡੀ ਭਰਾ ਜਾਂ ਪ੍ਰਚਾਰਕ ਵੀਰ ਇੱਥੇ ਆਉਣ ਕੇ ਬੜਾ ਭਾਰੀ ਟਪਲਾ ਖਾਂਦੇ ਹੈ, ਕਹਿੰਦੇ ਗੁਰੂ ਸਾਹਿਬ ਨੇ ਬੱਕਰੇ ਵੱਢੇ, ਕਈਆਂ ਨੇ ਕਿਤਾਬਾਂ ਵਿੱਚ ਵੀ ਆਪਣੀ ਅਗਿਆਨਤਾ ਨੂੰ ਪ੍ਰਗਟ ਕਰਨ ਵਾਸਤੇ ਜਾਂ ਆਪਣੀ ਬੁੱਧੀ ਦੀ ਪ੍ਰਬਲਤਾ ਨੂੰ ਜਨਾਉਣ ਵਾਸਤੇ ਲੋਕਾਂ ਦੇ ਵਿੱਚ ਕਿ ਅਸੀਂ ਬੜੇ ਸਿਆਣੇ, ਸਾਡੀ ਕੱਲ੍ਹ ਬੜਾ ਕੰਮ ਕਰਦੀ ਹੈ, ਗੁਰੂ ਕਹਿ ਦੀ ਤਹੀਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਲਿਖਤਾਂ ਤੋਂ ਅਤੇ ਲਿਖਣ ਵਾਲੇ ਲਿਖਾਰੀਆਂ ਲੇਖਕਾਂ ਤੋਂ ਵੀ ਸਿੰਘਾਂ ਨੂੰ ਬਚਣ ਦੀ ਸਾਵਧਾਨਤਾ ਦੀ ਬੜੀ ਭਾਰੀ ਲੋੜ ਹੈ। ਜਿਹੜੇ ਕਹਿੰਦੇ ਕਿ ਗੁਰੂ ਕਹਿੰਦੇ ਬੱਕਰੇ ਵੱਢੇ ਹੈ, ਉਹ ਸਰਾਸਰ ਝੂਠ ਬੋਲਦੇ ਖਾਲਸਾ ਜੀ। ਭਾਵੇਂ ਕੋਈ ਸੰਤ ਕਹੇ, ਭਾਵੇਂ ਪ੍ਰਚਾਰਕ ਕਹੇ, ਭਾਵੇਂ ਕੋਈ ਗਿਆਨੀ ਧਿਆਨੀ ਅਤੇ ਢਾਡੀ ਕਵੀ ਕਹੇ, ਕਰੇ ਕਿਸੇ 'ਤੇ ਯਕੀਨ ਨਹੀਂ ਕਰਨਾ। ਜਿਹੜਾ ਗੁਰੂ, ਜਿਹੜਾ ਪਿਤਾ, ਜਿਹੜਾ ਰਹਿਬਰ ਮਾਲਕ ਬਾਪੂ ਏਡਾ ਛਲਿਆ ਹੋਵੇ ਕਿ ਤੰਬੂ ਵਿੱਚ ਜਾ ਕੇ ਬੱਕਰੇ ਵੱਢੇ, ਸਿੱਖਾਂ ਨੂੰ ਆ ਕੇ ਕਹੇ ਮੈਂ ਸਿਰ ਵੱਢੇ ਹੈ, ਉਹਦਾ ਪੁੱਤ ਖਾਲਸਾ ਗੁਰੂ ਪਿਆਰੇ ਖਾਲਸਾ ਦੀ ਸੀਸ ਤਲੀ 'ਤੇ ਰੱਖ ਕੇ 3 ਮੀਲ ਕਦੇ ਨਹੀਂ ਤੁਰ ਸਕਦਾ, ਉਹਦਾ ਪੁੱਤਰ 7 ਸਾਲ ਦੀ ਉਮਰ ਵਿੱਚ ਕੰਧ 'ਚ ਖੜੋ ਕੇ ਕਦੇ ਨਹੀਂ ਕਹਿ ਸਕਦਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਕੇਵਲ ਉਸੇ ਗੁਰੂ ਦਾ ਪੁੱਤ ਤੇ ਸਿੱਖ ਕਹਿ ਸਕਦਾ ਹੈ ਜਿਸ ਗੁਰੂ ਨੇ ਜੈਸਾ ਬਚਨ ਮੂੰਹ ਤੋਂ ਕਿਹਾ ਵੈਸਾ ਹੀ ਪੂਰਾ ਕੀਤਾ ਹੋਵੇ। ਸੱਚੇ ਪਾਤਸ਼ਾਹ ਨੇ ਸਿਰ ਕੱਟ ਕੇ 5 ਸਿੱਖਾਂ ਦੇ ਫੇਰ ਸੁਰਜੀਤ ਕਰਕੇ ਅੰਮ੍ਰਿਤ ਛਕਾ ਕੇ ਉਹਨਾਂ ਤੋਂ ਆਪ ਖੰਡੇ ਬਾਟ ਦਾ ਅੰਮ੍ਰਿਤ ਛਕਣਾ ਹੈ। ਇਹਨਾਂ ਬੱਕਰਿਆਂ ਛਤਰਿਆਂ ਕੱਟਣ ਵਾਲੀਆਂ ਲਿਖਤਾਂ 'ਤੇ ਕਦੇ ਯਕੀਨ ਨਹੀਂ ਕਰਨਾਗਾ। ਸੋ ਖਾਲਸਾ ਜੀ, ਜੇ ਇਸ ਪਾਸੇ ਵਿਚਾਰ ਕੀਤੀ ਜਾਵੇ, ਉਹਨਾਂ ਲੇਖਕਾਂ ਤੋਂ ਪੁੱਛ ਲੈਣਾ ਚਾਹੀਦਾ ਕਿ ਜਿਹੜਾ ਤੁਸੀਂ ਇਹ ਬੱਕਰਿਆਂ ਦਾ ਲਿਖ ਦਿੱਤਾ, ਇਹ ਸਾਨੂੰ ਦੱਸ 40 ਨੇ ਵੇਚੇ ਹੈ, ਕਿਉਂਕਿ ਪਸ਼ੂ ਵੇਚਣ ਵੇਲੇ ਪਸ਼ੂ ਬਾਟ ਦਾ ਨਾਂ, ਪਸ਼ੂ ਲੈਣ ਵਾਲੇ ਦਾ ਨਾਂ, ਪਿੰਡ ਦਾ ਨਾਂ, ਮੰਡੀ ਦਾ ਨਾਂ, ਉਹਦੀ ਕੀਮਤ, ਇਹ ਸਾਰਾ ਲਿਖਿਆ ਜਾਂਦਾ ਬੈਠ ਕੇ ਮੰਡੀਆਂ ਵਿੱਚ। ਦੱਸੋ ਕਿਹੜੇ ਇਤਿਹਾਸ ਵਿੱਚ ਲਿਖਿਆ ਕਿ ਬੱਕਰੇ ਕੌਣ ਲੈ ਕੇ ਆਇਆ ਸੀ, ਕਿਹੜੀ ਮੰਡੀ 'ਤੇ ਲੈ ਕੇ ਆਏ ਸੀ, ਕਿਹੜੇ ਵਪਾਰੀ ਨੇ ਖਰੀਦੇ, ਇੱਕ ਬੱਕਰੇ ਦੀ ਕੀਮਤ ਕਿੰਨੀ ਉਤਾਰੀ, ਉਹਨੂੰ ਲੱਭ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਹੜੀ ਮੰਡੀ ਵਿੱਚੋਂ ਅਨੰਦਪੁਰ ਕਿਹੜੀ ਸਵਾਰੀ 'ਤੇ ਲੈ ਕੇ ਗਏ, ਕਿਸੇ ਇਤਿਹਾਸ ਵਿੱਚ ਕੋਈ ਲਿਖਿਆ ਨਹੀਂ ਮਿਲਦਾ ਗਾ। ਕੇਵਲ ਆਪਣੀਆਂ ਜਵਾਨਾਂ ਨੂੰ, ਜਵਾਨਾਂ ਦੇ ਰਸ ਨੂੰ ਪੂਰਿਆ ਕਰਨ ਵਾਸਤੇ, ਗੁਰੂ ਕੇ ਇਤਿਹਾਸ ਨੂੰ ਅਤੇ ਜੀਵਨ ਨੂੰ ਕਲੰਕਿਤ ਕਰਨ ਵਾਸਤੇ ਆਪਣੀਆਂ ਕੁਝ ਹਰਕਤਾਂ ਕੁਝ ਭੁੱਲਣ ਲੋਕਾਂ ਨੇ ਵਰਤੀਆਂ, ਉਹਨਾਂ ਤੋਂ ਬਚਣ ਦੀ ਲੋੜ ਹੈ। ਗੁਰੂ ਕੀ ਬਾਣੀ, ਗੁਰੂ ਕੇ ਪਿਆਰੋ ਪੱਕੀ ਮੋਹਰ ਹੈ। ਕਿਸੇ ਚੌਂਕੀਦਾਰ ਨੂੰ ਅਤੇ ਮੁੱਖ ਮੰਤਰੀ ਨੂੰ ਕੋਈ ਨਹੀਂ ਪੁੱਛਦਾ, ਜਦੋਂ ਪਾਰਲੀਮੈਂਟ ਦੇ ਪ੍ਰਧਾਨ ਮੰਤਰੀ ਦੀ ਮੋਹਰ ਲੱਗ ਜਾਵੇ ਜਾਂ ਅਥਵਾ ਉਸ ਤੋਂ ਉੱਪਰ ਕੌਂਸਲ ਦੇ ਮੈਂਬਰਾਂ ਦੀ ਮੋਹਰ ਲੱਗ ਜਾਵੇ, ਉਹਦੀ ਧੇਲਾ ਕੀਮਤ ਨਹੀਂ ਥੱਲੇ ਵਾਲਿਆਂ ਦੀ ਰਹਿੰਦੀ। ਚਾਹੇ ਕਿਸੇ ਨੇ ਕੁਝ ਵੀ ਲਿਖਿਆ ਹੈ, ਜਿੱਥੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਾਂ ਸਰੂਪਾਂ ਨੇ ਗੁਰਬਾਣੀ ਦੁਆਰਾ ਨਿਰਣਾ ਕਰ ਦਿੱਤਾ, ਉੱਥੇ ਕਿਸੇ ਦੇ ਉੱਪਰ ਯਕੀਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਪੂਰਨ ਗੁਰੂ ਦੀ ਵਡਿਆਈ ਹੈ, ਜਿਹੜਾ ਮਰਿਆਂ ਨੂੰ ਜਿਉਂਦਾ ਕਰ ਦੇਵੇ। ਮਿਰਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤਾ ਆਧਾਰ, ਸਤਿਗੁਰ ਮੇਰਾ ਸਲਪ੍ਰਤ ਪਾਲ, ਸਤਿਗੁਰ ਮੇਰਾ ਮਾਰ ਜਵਾਲ, ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਵੀ ਪੂਜਨੀ ਅਤੇ ਪ੍ਰਕਾਸ਼ ਰੂਪ ਨਹੀਂ ਹੈ। ਇਸ ਵਾਸਤੇ ਕਦੇ ਸ਼ੱਕ ਨਹੀਂ ਕਰਨੀਗੀ, ਖੰਡੇ ਬਾਟ ਦਾ ਅੰਮ੍ਰਿਤ ਛਕਣਾ, ਕੰਨਾ ਮੰਨਾ ਕੁਰੂ ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰੂ ਵਾਲਿਆਂ ਤੋਂ ਬਚ ਕੇ ਰਹਿਣਾ ਹੈ। ਦੇਹ ਧਾਰੀਆਂ ਨੇ ਕਦੇ ਲੜ ਨਹੀਂ ਲੱਗਣਾ, ਕੇਵਲ 5 ਪਿਆਰਿਆਂ ਦੁਆਰਾ ਅੱਜ ਵੀ ਖੰਡੇ ਬਾਟ ਦਾ ਅੰਮ੍ਰਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰ ਦੇ ਮਾਲਕ ਅਸਥਾਨ 'ਤੇ ਖਾਲਸਾ ਜੀ 12 ਵਜੇ ਤਿਆਰ ਹੋਵੇਗਾ 5 ਪਿਆਰੇ। ਸੋ 5 ਬਾਣੀਆਂ ਪੜ੍ਹ ਕੇ ਖੰਡੇ ਬਾਟ ਦਾ ਅੰਮ੍ਰਿਤ ਤਿਆਰ ਕਰਨਗੇ। ਜਿਨ੍ਹਾਂ ਦੇ ਭਾਗ ਜਾਗਦੇ ਹੈ ਉੱਥੇ ਪਹੁੰਚ ਕੇ ਗੁਰੂ ਦੇ ਲੜ ਲੱਗੋ ਅਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਸਫਲਾ ਕਰੋ। ਇਹ ਪੂਰਨ ਗੁਰੂ ਦੀ ਵਡਿਆਈ, ਜਿਹੜਾ ਮਰਿਆਂ ਨੂੰ ਜਿਉਂਦੇ ਕਰ ਦੇਵੇ।